ਸਾਰੇ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸੀ ਦੇ ਵਿੱਚ ਅੱਜ ਦੀਸ ਵੀਡੀਓ ਦੇ ਵਿੱਚ ਆਪਾਂ ਸੀਡੀਪੀ ਦੇ ਜਿਹੜੇ ਆਂਸਰ ਕੀਜ਼ ਆਉਟ ਦੀ ਗੱਲ ਕਰਾਂਗੇ ਜੋ ਆਪਣਾ 1 ਦਸੰਬਰ ਨੂੰ ਪੇਪਰ ਹੋਇਆ ਪੀਐਸਟੈਟ ਦਾ ਆਪਾਂ ਲਾਸਟ ਵੀਡੀਓ ਦੇ ਵਿੱਚ ਆਪਾਂ ਪੰਜਾਬੀ ਦੀ ਆਂਸਰ ਕੀਜ਼ ਕੀਤੀਆਂ ਸੀਗੀਆਂ ਔਰ ਉਸ ਤੋਂ ਪਹਿਲਾਂ ਆਪਾਂ ਜੁੜੀ ਹੈ ਪੰਜਾਬੀ ਦੀ ਕੀਤੀ ਸੀ ਸੀਡੀਪੀ ਦੀ ਵੀ ਕੀਤੀ ਸੀ ਔਰ ਹੁਣ ਜਿਹੜੀ ਅੱਜ ਆਪਾਂ ਇੰਗਲਿਸ਼ ਦੀ ਕਰਾਂਗੇ ਠੀਕ ਹੈ ਸੋ ਇਸ ਵੀਡੀਓ ਦੇ ਤੁਸੀਂ ਅਖੀਰ ਤੱਕ ਜਿਹੜੇ ਬਣੇ ਰਹੋ ਠੀਕ ਹੈ ਔਰ ਜੋ ਇਸ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਜਿਹੜੀ ਜਾਣਕਾਰੀ ਹੈ ਉਸ ਦੇ ਬਾਰੇ ਇਨਫੋਰਮੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਇਸ ਵੀਡੀਓ ਜਿਹੜਾ ਆਪਾਂ ਇੰਗਲਿਸ਼ ਦਾ ਕਰਾਂਗੇ ਤੁਸੀਂ ਇੱਕ ਜ਼ਰੂਰ ਨੋਟ ਕਰ ਲਿਓ ਕਿ ਇਹ B ਜਿਹੜਾ ਸੈਟ ਆ ਠੀਕ ਆ ਔਰ APES ਟੈਟ ਪੇਪਰ 2 ਦਾ ਜਿਹੜਾ ਆ ਪੇਪਰ ਆ ਠੀਕ ਹੈ ਜੀ ਸੋ ਆਪਾਂ ਹੁਣ ਬਿਨਾਂ ਕਿਸੇ ਦੇਰੀ ਦੇ ਜਿਹੜਾ ਸ਼ੁਰੂ ਕਰਦੇ ਆਂ ਦੇਖੋ ਪੈਰਾਗ੍ਰਾਫ ਜਿਹੜਾ ਆ ਇਹ ਥੋੜਾ ਔਖਾ ਸੀ ਪੈਰਾਗ੍ਰਾਫਸ ਬਾਕੀ ਪੈਡਾਗੋਜੀ ਦੀ ਬਹੁਤ ਈਜ਼ੀ ਸੀ ਪੈਰਾਗ੍ਰਾਫਸ ਥੋੜੇ ਔਖੇ ਸੀਗੇ ਸੋ ਦੋ ਤਿੰਨ ਕੁਐਸਚਨਸ ਕਨਫਿਊਜ਼ਨ ਵੀ ਹੈ ਔਰ ਪਰ ਇਹ ਕਿ ਚਲੋ ਇਹ ਫਾਈਨਲ ਆਨਸਰ ਕਿ ਨਹੀਂ ਹੈ ਫਾਈਨਲ ਆਨਸਰ ਕਿ ਕਿਉਂਕਿ ਜੋ ਪੇਪਰ ਪਾਉਂਦਾ ਹੈ ਉਹ ਆਪਣੇ ਅਕੋਰਡਿੰਗ ਜਿਹੜਾ ਆ ਕਿ ਕਿਹੜੀ ਬੁੱਕ ਫਾਲੋ ਕਰਦਾ ਆ ਕਿਵੇਂ ਕੁਐਸ਼ਨ ਡਿਵੈਲਪ ਕਰਦਾ ਆ ਤਾਂ ਇਹ ਚੀਜ਼ਾਂ ਬੜੀਆਂ ਮਾਇਨੇ ਰੱਖਦੀਆਂ ਠੀਕ ਹੈ ਜੀ ਸੋ ਦੋ ਤਿੰਨ ਕੁਐਸ਼ਨ ਜਿਹੜੀ ਇਹ ਪ੍ਰੋਬਲਮ ਹੋ ਸਕਦੀ ਹੈ ਬਾਕੀ ਆਪਾਂ ਦੇਖਦੇ ਹਾਂ ਠੀਕ ਹੈ ਜੀ ਪਹਿਲਾ ਕੁਐਸ਼ਨ ਆ ਕਿ ਪੈਰਾਗ੍ਰਾਫ ਦੇ ਅਕੋਰਡਿੰਗ ਕਿ ਵਟ ਕੈਨ ਬੀ ਅਸਿਊਮਡ ਅਬਾਊਟ ਦਾ ਜੀਓਗ੍ਰਾਫੀਕਲ ਲੋਕੇਸ਼ਨ ਆਫ ਦਾ ਵੈਲੀ ਵੇਅਰ ਦਾ ਹਾਊਸ ਇਜ਼ ਲੋਕੇਟਿਡ ਸੋ ਇਸ ਦਾ ਜਿਹੜਾ ਆਨਸਰ ਹੈ ਉਹ ਆਪਸ਼ਨ ਨੰਬਰ ਸੈਕੰਡ ਜਿਹੜਾ ਬਿਲਕੁਲ ਸਹੀ ਹੈ ਕਿ ਇਟ ਇਜ਼ ਅ ਰਿਮੋਟ ਏਰੀਆ ਵਿਦ ਲਿਮਿਟਿਡ ਅਕਸੈਸ ਟੂ ਮਾਡਰ Uh, amenities ٹھیک ہے جی سو اے ਜਿਹੜਾ ਆ ਪਹਿਲੇ ਦਾ ਆਨਸਰ ਹੈ अगला क्वेश्चन अब व्हाट डस द मेंशन ऑफ द एंटायर वैली अज्यूम अबाउट द साइज ऑफ एरिया सो ਇਹਦਾ ਜਿਹੜਾ ਆਨਸਰ ਹੈ ਉਹ ਆਪਾਂ ਦੇਖੀਏ ਇਹਦੇ ਵਿੱਚ ਜਿਹੜੀ অপشن ਚ ਥੋੜੀ ਜੀ ਪ੍ਰੋਬਲਮ ਹੈ ਕਿ ਇਹਦੀ ਦੋ অপਸ਼ਨਾਂ ਚ ਸਹੀ ਲੱਗ ਰਿਹਾ ਜੀ ਕਿ ਦਾ ایریا ਇਜ਼ ریلیਟਿਵਲੀ ਸਮਾਲ ਤੇ ایریا ਇਜ਼ ਸਪਾਰਸਲੀ ਪੋਪੂਲੇਟਿਡ ਇਹ ਦੋ ਆਪਸ਼ਨ ਜਿਹੜੀਆਂ ਬਣ ਰਹੀਆਂ ਆਪਾਂ ਇਦਾਂ ਕਹਿ ਸਕਦੇ ਹਾਂ ਕਿ 80% ਜਿਹੜਾ ਹੈ ਉਹ ਫਰਸਟ ਲੱਗ ਰਹੀ ਹੈ 20% ਜਿਹੜੀ ਹੈ ਉਹ ਫੋਰਥ ਆਪਸ਼ਨ ਲੱਗ ਰਹੀ ਠੀਕ ਹੈ ਜੀ ਵਟ ਇਜ਼ ਦਾ ਪ੍ਰੋਬੇਬਲ ਰੀਜ਼ਨ ਫਾਰ ਦਾ ਮੈਨਸ ਸੈਟੀਸਫੈਕਸ਼ਨ ਵਾਈਲ ਲੁਕਿੰਗ ਐਟ ਦਾ ਫੀਲਡ ਆਫ ਕੌਰਨ ਇਹਦਾ ਟ੍ਰੇਨ ਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਆਪਸ਼ਨ ਨੰਬਰ ਸੈਕੰਡ ਕਿ ਹੀ ਇਜ਼ ਗਲੈਡ ਟੂ ਸੀ ਦਾ ਰੇਨ ਡ੍ਰੈਪਿੰਗ ਦਾ ਕੌਰਨ ਠੀਕ ਹੈ ਜੀ ਇਹ ਇਸ ਦਾ ਜਿਹੜਾ ਆ ਸਹੀ ਆਨਸਰ ਹੈ ਕਿਉਂਕਿ ਇੱਥੇ ਤੁਸੀਂ ਦੇਖ ਸਕਦੇ ਆ ਕਿ ਪੈਰਾਗ੍ਰਾਫ ਚੋ ਕਹਿੰਦਾ ਆ ਕਿ ਵਿਦ ਅ ਸੈਟੀਸਫਾਈਡ ਐਕਸਪ੍ਰੈਸ਼ਨ ਹੀ ਰਿਗਾਰਡਡ ਦਾ ਫੀਲਡ ਆਫ ਰਿਪ ਕੌਰਨ ਵਿਦ ਇਸ ਫਲਾਵਰ ਡ੍ਰੈਪਡ ਇਨ ਅ 커튼 ਆਫ द रेन ਸੋ ਇਹ ਜਿਹੜਾ ਆ ਇਹਦੇ ਵਿੱਚ অপਸ਼ਨ ਦਿਸ ਅਕੋਰਡਿੰਗ ਜਿਹੜਾ ਆ ਸਟ੍ਰਾਈਕਿੰਗ ਆਪਸ਼ਨ ਜਿਹੜਾ ਆ ਉਹ ਸਹੀ ਲੱਗਦਾ ਹੈ ਠੀਕ ਹੈ ਜੀ ਸੋ ਆਪਾਂ ਅੱਗੇ ਵਧਦੇ ਆਂ ਅਗਲਾ ਕੁਐਸਚਨ ਆ ਵਿਚ ਆਫ ਦਾ ਫਾਲੋਇੰਗ ਅਸੈਂਪਸ਼ਨਸ ਇਜ਼ ਅ ਇੰਪਲਿਸਿਟ ਇਨ ਦਾ ਮੈਨ ਸਟੇਟਮੈਂਟ ਥੈਟ ਦਾ ਬਿਗ ਡ੍ਰੌਪਸ ਆਰ 10 ਸੈਂਟ ਪੀਸਿਸ ਐਂਡ ਦਾ ਲਿਟਲ ਵਨਸ ਆਰ 5 ਇਹਦਾ ਆਨਸਰ ਜਿਹੜਾ ਫੋਰਥ ਹੈ ਹੀ ਇਜ਼ ਮੇਕਿੰਗ ਐਂਡ ਐਨਾਲੋਜੀ ਟੂ ਡਿਸਕ੍ਰਾਈਬ ਦਾ ਸਾਈਜ਼ ਆਫ ਰੇਨ ਡ੍ਰੌਪ ਠੀਕ ਹੈ ਅਗਲਾ ਕੁਐਸਚਨ ਪੈਂਟ ਦਾ ਜੀ ਵਟ ਕੰਪੀਟੈਂਸੀ ਇਜ਼ ਡਿਸਪਲੇਡ ਬਾਈ ਦਾ ਔਮਨ when she respond to lencho's comment with yes god ਵੀਲਿੰਗ ਇਸ ਤਰ੍ਹਾਂ ਜਿਹੜਾ ਸਹੀ ਆਨਸਰ ਹੈ ਉਹ ਹੈ ਕਲਚਰਲ ਸੈਂਸਿਟੀਵਿਟੀ ਜਿਹੜਾ ਹੈ ਉਹ ਇਸ ਦਾ ਆਨਸਰ ਜਿਹੜਾ ਆਪਾਂ ਨੂੰ ਲੱਗ ਰਿਹਾ ਠੀਕ ਹੈ ਜੀ ਸੋ ਇਸ ਤੋਂ ਬਾਅਦ ਜਿਹੜਾ ਅਗਲਾ ਕੁਐਸਚਨ ਹੈ ਕਿ ਹਾਊ ਡਸ ਲੈਂਚੋਜ਼ ਐਟੀਟਿਊਡ ਹਾਊ ਡਸ ਲੈਂਚੋਜ਼ ਐਟੀਟਿਊਡ ਟੁਵਾਰਡ ਦਾ ਰੇਨ ਡਿਫਰ ਫਰਮ ਦਾ ਔਮਨਸ ਠੀਕ ਹੈ ਜੀ ਸੋ ਇਸ ਦਾ ਆਨਸਰ ਜਿਹੜਾ ਆ ਆਪਾਂ ਨੂੰ ਜਿਹੜਾ लग रहा है सिक्सटी सिक्स का वह है ऑप्शन नंबर सैकेंड सैकेंड ऑप्शन जी कि लेंच इज फॉर द रेन वाइल्ड मूवमेंट इज स्पेक्टीअल ठीक है जी सो अगे आप चलते हैं अगला जोड़ा क्वेश्चन आ सिक्सटी सैवन के द फील्ड वॉज वाइट एज इफ कवर्ड विद सॉल्ट द एक्सप्रैशन कॉन्टें एन एग्जाम्पल ऑफ ਲਿਟਰੇਰੀ ਡਿਵਾਈਸ ਕਾਲਡ 67 ਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਆਪਸ਼ਨ ਨੰਬਰ 1 ਠੀਕ ਹੈ ਜੀ ਸਿਮਿਲੀ ਅ ਪਲੇਗ ਆਫ ਲੋਕਸਟਸ ਊਡ ਹੈਵ ਲੈਫਟ ਮੋਰ ਦੈਨ ਥਿਸ ਥਿਸ ਸੈਂਟੈਂਸ ਇਜ਼ ਇਸ ਦਾ ਜਿਹੜਾ ਸਹੀ ਆਨਸਰ ਹੈ ਇਸ ਦਾ ਆਨਸਰ ਹੈ ਜੀ ਆਪਸ਼ਨ ਨੰਬਰ 4th ਨੈਗੇਟਿਵ ਇਸ ਹੋ ਗਿਆ ਆਪਾਂ ਚੱਲਦੇ ਹਾਂ ਜੀ 69th ਕੁਐਸਚਨ ਵੱਲ ਕਿ ਦਾ ਸਟੂਡੈਂਟ ਹੂ ਲਰਨ ਟੂ ਸਪੀਕ ਇਨ ਇੰਗਲਿਸ਼ ਆਰ ਟਾਟ ਦਾ ਪੈਟਰਨਸ ਆਫ ਵੇਰੀਏਸ਼ਨ ਆਫ ਦਾ ਪਿਚ ਆਫ ਦਾ ਵਾਇਸ ਸੱਚ ਵੇਰੀਏਸ਼ਨਸ ਕਨਸਟਿਟਿਊਟ ਦਾ ਡੈਸ਼ ਆਫ ਦਾ ਲੈਂਗੁਏਜ ਸੋ ਇਹ ਪੈਡਾਗੋਜੀ ਇਥੋਂ ਸਟਾਰਟ ਆ ਸੋ ਪੈਡਾਗੋਜੀ ਜਿਹੜੀ ਇਹ ਕਾਫੀ ਜਿਹੜੀ ਈਜ਼ੀ ਸੀ ਔਰ ਠੀਕ ਸੀ ਮੋਡਰੇਟ ਆਪਾਂ ਕਹਿ ਸਕਦੇ ਹਾਂ ਠੀਕ ਹੈ ਜੀ ਸੋ ਇੰਟੋਨੇਸ਼ਨ ਜਿਹੜਾ ਬਿਲਕੁਲ ਇਸ ਦਾ ਸਹੀ ਜਵਾਬ ਹੈ ਅਗਲਾ ਕੁਐਸਚਨ ਹੈ 17 ਕਨਸਟਰਕਟਿਵ ਅਪਰੋਚ टू लैंग्वेज लर्निंग प्रमोट कंस्ट्रक्टिव अप्रोच ਹੁੰਦਾ ਕਿ ਜਿਹਦੇ ਵਿੱਚ ਬੱਚੇ ਜਿਹੜੇ ਆ ਆਪਣੇ ਵੱਲੋਂ ਕੁਝ ਜਿਹੜਾ ਨਵਾਂ ਕੁਝ ਕਨਸਟਰਕਟ ਕਰਨ ਠੀਕ ਹੈ ਸੋ ਜਿਹੜੀ ਵੀ ਐਦਾ ਦੀ ਅਪਰੋਚ ਹੁੰਦੀ ਆ ਉਹ ਹਮੇਸ਼ਾ ਕਿਹੜੀ ਹੁੰਦੀ ਆ ਚਾਈਲਡ ਸੈਂਟਰਡ ਅਪਰੋਚ ਸੋ ਫਰਸਟ অপਸ਼ਨ ਜਿਹੜੀ ਹੈ ਆਪਣਾ ਸਹੀ ਜਵਾਬ ਹੈ ਅਗਲਾ 71 ਕੁਸਚਨ ਆ ਕਿ ਆਬਜੈਕਟਿਵ ਆਫ 3 ਲੈਂਗੁਏਜ ਫਾਰਮੂਲਾ ਇਜ਼ ਟੂ ਇਨਸ਼ੋਰ ਥ੍ਰੀ ਲੈਂਗੁਏਜ ਜਿਹੜਾ ਆ ਉਹ ਇਨਸ਼ੋਰ ਸਾਨੂੰ ਕਰਦਾ ਆ ਇਹਦਾ ਸੈਕੰਡ ਆਪਸ਼ਨ ਬਿਲਕੁਲ ਸਹੀ ਹੈ ਦਾ ਪ੍ਰੋਮੋਸ਼ਨ ਆਫ ਮਦਰ ਟੰਗ ਬੇਸਡ ਮਲਟੀ ਲਿੰਗੁਇਜ਼ਮ ਇਨ ਦਾ ਕਰਿਕੂਲਮ ਠੀਕ ਹੈ ਸੋ ਸੈਕੰਡ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਜਵਾਬ ਹੈ ਅਗਲਾ ਕੁਐਸਚਨ ਹੈ ਦਾ ਫਾਰਨੈਕਸ ਐਂਡ ਲਾਰਨੈਕਸ ਆਰ ਆਰਗਨਸ ਆਫ ਸਪੀਚ 댓 ਕਨਸਟੀਟਿਊਟ ਸੋ ਇਸ ਦਾ ਜਿਹੜਾ ਸਹੀ ਆਨਸਰ ਹੈ ਦੇਖੋ ਇਹਦੇ ਵਿੱਚ ਵੀ ਥੋੜੀ ਜੀ ਕਨਫਿਊਜ਼ਨ ਸੀ ਪਰ ਅਗਰ ਆਪਾਂ ਓਵਰਆਲ ਦੇਖੀਏ ਤਾਂ ਜਿਹੜਾ ਫੋਨੇਟਰੀ ਸਿਸਟਮ ਆ ਇਹ ਇਸ ਦਾ ਜਿਹੜਾ ਆ ਸਹੀ ਜਵਾਬ ਹੈ ਕਿਉਂਕਿ ਇਹਦੇ ਵਿੱਚ ਸਾਰੇ ਹੀ ਆਰਗਨਸ ਜਿਹੜੇ ਆ ਪੂਰੇ ਸਿਸਟਮ ਕਿ ਕਿੱਥੋਂ ਕਿਹੜੀ ਸਾਊਂਡ ਆ ਰਹੀ ਹੈ ਸਾਰੇ ਆਰਗਨ ਉਹ ਇਹਦੇ ਸਿਸਟਮ ਦੇ ਵਿੱਚ ਹੀ ਆ ਜਾਂਦੇ ਆ 73 ਕੁਐਸਚਨ ਆ ਕਿ ਵਾਟ ਇਜ਼ ਦਾ ਮੇਨ ਰੋਲ ਆਫ ਟੈਕਸਟ ਬੁక్స్ ਇਨ ਅ ਲੈਂਗੁਏਜ ਟੀਚਿੰਗ ਐਂਡ ਲਰਨਿੰਗ ਕਿ ਜਿਹੜੀਆਂ ਟੈਕਸਟ ਬੁੱਕ ਆ ਉਹਨਾਂ ਦਾ की रोल ऑफ लैंग्वेज टीचिंग एंड लर्निंग ਦੇ ਵਿੱਚ ਸੋ ਬਿਲਕੁਲ ਬਿਲਕੁਲ ਸਹੀ ਜਵਾਬ ਆਪਣਾ फोर्थ ऑप्शन ਹੈ ਟੂ ਮੇਕਸ ਦਾ ਟੀਚਿੰਗ ਆਫ ਇੰਗਲਿਸ਼ ਸਿਸਟਮੈਟਿਕ ਸੋ ਸਿਸਟਮੈਟਿਕ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚ ਸਿੱਖ ਸਕਦੇ ਆਪਾਂ 74th ਕੁਐਸਚਨ ਹੈ देयर आर डैश ਕੌਨਸੋਨੈਂਟਸ ਫੋਨੀਮਸ ਇਨ ਆਰਪੀ ਰਿਸੀਵਡ ਪ੍ਰੋਨਨਸੀਏਸ਼ਨ ਇੰਗਲਿਸ਼ ਸੋ ਇਹਦੇ ਵਿੱਚ फोर्थ ऑप्शन ਸਹੀ ਜਵਾਬ ਹੈ 24 75th ਕੁਐਸਚਨ ਹੈ ਜੀ a student's ability to convert the report a situation in precise words can be tested using so upper bacche di ability nu jehda hai apan ede vich dekhna hai ki wo precise word jehde hai use karta hai so kithe kar sakda hai dekho true false test cha po nahi kar sakda multiple choice bhi nahi kar sakda test matching test bhi nahi kar sakda so oral expression sahi jawab hai ਅਗਲਾ ਕੁਐਸਚਨ ਹੈ ਵਿਚ ਆਫ ਦਾ ਫਾਲੋਇੰਗ ਐਕਸਪ੍ਰੈਸ਼ਨਸ ਇਜ਼ ਇਨਕਰੈਕਟ ਇਹਦੇ ਵਿੱਚੋਂ ਕਿਹੜਾ ਜਿਹੜਾ ਆ ਇਨਕਰੈਕਟ ਆ ਸੋ ਅਗਰ ਆਪ ਇਹਦੇ ਵਿੱਚ ਦੇਖੀਏ ਤਾਂ ਪਹਿਲੇ ਪਹਿਲਾ ਆਪਸ਼ਨ ਜਿਹੜਾ ਆ ਇਹ ਅਸਲ ਦੇ ਵਿੱਚ ਸਹੀ ਆ ਪਰ ਆਪਾਂ ਇਨਕਰੈਕਟ ਕਰਨਾ ਹੈ ਜਿਹੜਾ ਤਾਂ ਉਹਦੇ ਅਕੋਰਡਿੰਗ ਫੋਰਥ ਆਪਸ਼ਨ ਬਿਲਕੁਲ ਸਹੀ ਹੈ ਹੀ ਇਜ਼ ਹਾਰਡ ਇਨ ਹੀਅਰਿੰਗ ਪਰ ਥੋੜਾ ਜਿਹਾ ਅਗਰ ਆਪਾਂ ਹੋਰ ਦੇਖੀਏ ਤਾਂ ਥਰਡ ਆਪਸ਼ਨ ਦੇ ਵਿੱਚ ਵੀ ਸਾਨੂੰ ਥੋੜੀ ਜੀ ਕਨਫਿਊਜ਼ਨ ਰਹਿੰਦੀ ਹੈ ਪਰ ਅਗਰ ਆਪਾਂ ਇਹਨਾਂ ਦੋਨਾਂ ਦਾ ਕੰਪੈਰੀਜ਼ਨ ਦੇਖੀਏ ਤਾਂ ਇਹਦੇ ਵਿੱਚ ਵੀ ਇਹੀ ਹੈ ਕਿ ਇਹ 80% ਇਹਦੇ ਚਾਂਸਿਸ ਆ ਔਰ 20% ਇਹਦੇ ਚਾਂਸਿਸ ਆ ਕਿ ਹੀ ਇਜ਼ ਸ਼ਾਰਟ ਆਫ ਹੇਅਰਿੰਗ ਜਾਂ ਹੀ ਇਜ਼ ਹਾਰਡ ਇਨ ਹੀਅਰਿੰਗ ਸੋ ਦੋਨਾਂ ਦੇ ਵਿੱਚ ਆਪਾਂ ਜਿਹੜਾ ਆਪਾਂ ਥੋੜਾ ਜਿਹਾ ਇਹਦੇ ਵਿੱਚ ਦੇਖ ਸਕਦੇ ਹਾਂ ਬਾਕੀ ਆਨਸਰ ਕੀਸ ਤੋਂ ਸਾਨੂੰ ਜਿਹੜਾ ਆ ਉਹ ਜ਼ਿਆਦਾ ਕਲੀਅਰ ਹੋਵੇਗਾ ਅਗਲਾ ਕੁਐਸਚਨ ਆ 77 ਕਿ ਇਨ ਅ ਡਿਡਕਟਿਵ ਮੈਥਡ ਆਫ ਟੀਚਿੰਗ ਗ੍ਰਾਮਰ ਦ ਟੀਚਰ ਪ੍ਰੋਸੀਡਸ ਫਰੋਮ ਸੋ ਡਿਡਕਟਿਵ ਤੇ ਇੰਡਕਟਿਵ ਦੇ ਹਮੇਸ਼ਾ ਕੁਐਸਚਨ ਜਿਹੜੇ ਆਉਂਦੇ ਆ ਸੋ ਡਿਡਕਟਿਵ ਮੈਥਡ ਕਿਹੜਾ ਹੁੰਦਾ ਆ ਕਿ ਜਦੋਂ ਅਸੀਂ ਰੂਲਸ ਟੂ ਐਗਜ਼ਾਮਪਲ ਵੱਲ ਜਾਈਏ ਸੋ ਬਿਲਕੁਲ ਜਦੋਂ ਆਪਾਂ ਐਗਜ਼ਾਮਪਲਸ ਟੂ ਰੂਲਸ ਵੱਲ ਜਾਈਏ ਤਾਂ ਉਹ ਇੰਡਕਟਿਵ ਮੈਥਡ ਹੁੰਦਾ ਹੈ 78th ਕੁਐਸਚਨ ਸਟੈਂਡਰਡ ਇੰਗਲਿਸ਼ ਇਜ਼ ਕਨਸਿਡਰਡ ਸਟੈਂਡਰਡ ਬਿਕੋਜ਼ ਇਟ ਫਾਲੋਸ ਇਹਦਾ ਆਨਸਰ ਜਿਹੜਾ ਹੈ ਬਿਲਕੁਲ 올 ਆਫ ਅਬੋਵ ਹੈ ठीक है सो ये सारिया चीज़ा जानी सैवनटी नाइनथ क्वेश्चन आ दिस इज कंसीडर्ड द बैस्ट मैथड ऑफ टीचिंग ग्रैमर इट इनवॉल्व्व्स प्रोसीडिंग फ्रॉम ऑब्जरवेशन टू लॉ दैन फ्रॉम लॉ टू ऑब्जरवेशन सो य मैथड है जी इंडक्टिव और डिडक्टिव फस्ट ऑप्शन जी बिल्कुल सही है अगला क्वेश्चन अराउजिंग एक्सपेटेंसी एंड इंसेंटिव टैक्निक आर यूज फॉर ਸੋ ਬਿਲਕੁਲ ਅਰਾਊਜ਼ਿੰਗ ਹੁੰਦਾ ਕਿ ਅਸੀਂ ਬੱਚੇ ਨੂੰ ਜਿਹੜਾ ਆ ਉਹਦੇ ਵਿੱਚ ਆ ਆਪਾਂ ਮਤਲਬ ਆ ਕਹਿ ਸਕਦੇ ਕਿ ਤਿੰਨੇ ਵਰਡ ਦਾ मीनिंग ਹੈ ਕਿ ਆਪਾਂ ਬੱਚੇ ਦੇ ਅੰਦਰ ਜਿਹੜੇ ਆ ਉਹਦੇ ਇਮੋਸ਼ਨਸ ਨੂੰ ਜਗਾਉਣਾ ਠੀਕ ਹੈ ਉਹ ਆ ਮੋਟੀਵੇਟ ਫੀਲ ਕਰੇ ਆਪਣੇ ਆਪ ਨੂੰ ਸੋ ਉਹਦੇ ਵਿੱਚ ਜਿਹੜਾ ਇਹਦੇ ਲਈ ਆਪਣੇ ਤਿੰਨਾਂ ਚੋਂ ਸਹੀ ਬੈਸਟ অপਸ਼ਨ ਹੈ ਉਸੇ ਨੰਬਰ 2 ਹੈ ਮੋਟੀਵੇਸ਼ਨ ਸੋ ਇਸ ਤੋਂ ਅੱਗੇ ਪੈਰਾਗ੍ਰਾਫ ਸੀਗਾ ਜੀ ਸੋ ਪੈਰਾਗ੍ਰਾਫ ਆਪਾਂ ਦੇਖਦੇ ਹਾਂ ਪੈਰਾਗ੍ਰਾਫ ਦਾ ਜਿਹੜਾ ਆ ਉਹਦੇ ਕਿਹੜੇ-ਕਿਹੜੇ ਆਨਸਰ ਆ ਸੋ ਪਹਿਲਾ ਕੁਐਸਚਨ ਹੈ ਜੀ 81st ke it was a celebration of south africa's first dash government so jada pehla question aa ede vich bilkul democratic non racial jadi hai oh is da jada sahi jawab hai esto agla question hai ji why did other countries break off diplomatic relations with south africa so south africa da jada oh eh, de vich ਬਾਕੀ ਕੰਟਰੀਜ਼ ਨੇ ਬ੍ਰੇਕ ਆਫ ਕਿਉਂ ਕਰਤਾ ਸੀਗਾ ਬਿਕੋਜ਼ ਆਫ ਅਪਾਰਥੀਡ ਪਾਲਿਸੀ ਸੋ ਇਹ ਅਪਾਰਥੀਡ ਪਾਲਿਸੀ ਸੀਗੀ ਕਿ ਜਦੋਂ ਭੇਦਭਾਵ ਉਥੇ ਗੋਰੇ ਔਰ ਕਾਲੇ ਜਿਹੜੇ ਆ ਉਹਨਾਂ ਦਾ ਜਿਹੜਾ ਭੇਦਭਾਵ ਸੀਗਾ ਉਹਨਾਂ ਨੂੰ ਲੀਗਲ ਕਰ ਦਿੱਤਾ ਸੀਗਾ ਸੋ ਉਹਦੇ ਕਰਕੇ ਜਿਹੜਾ ਆ ਬਾਕੀ ਕੰਟਰੀਜ਼ ਨੇ ਆਪਣਾ ਜਿਹੜਾ ਹੈ ਉਹਨਾਂ ਤੋਂ ਬ੍ਰੇਕ ਆਫ ਕਰ ਲਿਆ ਸੀਗਾ ਡਿਪਲੋਮੈਟਿਕ ਰਿਲੇਸ਼ਨ ਠੀਕ ਹੈ ਜੀ 83 ਆ ਜੀ ਵਿਦ ਵਟ ਕਾਈਂਡ ਵਟ ਚੇਂਜ ਡਿਡ ਇੰਟਰਨੈਸ਼ਨਲ ਲੀਡਰਸ ਬ੍ਰਿੰਗ ਟੂ ਸਾਊਥ ਅਫਰੀਕਾ ਸੋ ਇਹਦਾ ਜਿਹੜਾ ਆਨਸਰ ਹੈ ਉਹ ਹੈ ਜੀ ਐਂਡ ਆਫ ਅਪਾਰਥਾਈਡ 84th ਹੈ ਵੀ ਥੈਂਕ ਆਲ ਆਫ आवर ਡਿਸਟਿੰਗੁਇਸ਼ਡ ਇੰਟਰਨੈਸ਼ਨਲ ਗੈਸਟ ਫॉर ਹੈਵਿੰਗ ਕਮ ਟੂ ਟੇਕ ਪੋਜੀਸ਼ਨ ਵਿਦ ਪੀਪਲ ਆਫ आवर ਕੰਟਰੀ ਆਫ ਵਟ ਇਜ਼ ਆਫਟਰ ਆਲ ਅ ਕਾਮਨ ਵਿਕਟਰੀ ਫੋਰ ਡੈਸ਼ ਸੋ ਇਹਦਾ ਆਨਸਰ ਕੀ ਹੈ ਜੀ ਬਿਲਕੁਲ ਤਿੰਨੋਂ ਆਪਸ਼ਨਾਂ ਹੀ ਆ ਸੋ 4th ਆਪਸ਼ਨ ਆਲ ਆਫ ਅਬਵ ਇਹਦਾ ਸਹੀ ਜਵਾਬ ਹੈ एटी फाइव द टाइटल दैट बेस्ट सूड दिस एक्सट्रैक्ट इज सो बिल्कुल जो सही जवाब है वह है सिग्निफिकेंस ऑफ फ्रीडम द वर्ड कन्फर मीन्स सो कन्फर होंगे कि अग अगर किसी न कुछ दें ठीक है सो so, ये सही ऑप्शन किया फोर्थ ऑप्शन गिव सो दर्ड कन्फर मीन्स गिव द एक्सप्रैशन न्यू बॉर्न लिबरटी ਕੰਟੇਨਸ ਐਨ ਐਗਜ਼ਾਮਪਲ ਆਫ ਡੈਸ਼ ਸੋ ਇਹਨੂੰ ਪਰਸੋਨੀਫਿਕੇਸ਼ਨ ਆਪਾਂ ਇਸ ਨੂੰ ਕਹਿੰਦੇ ਆ 88th ਕੁਐਸਚਨ ਹੈ ਕਿ ਪੈਸਿਵ ਵੋਕੈਬਲਰੀ ਮੀਨਸ ਥੈਟ ਲਰਨਰਸ ਸੋ ਇਸ ਦਾ ਜਿਹੜਾ ਸਹੀ ਜਵਾਬ ਹੈ ਉਹ ਹੈ ਫਰਸਟ ਆਪਸ਼ਨ ਅੰਡਰਸਟੈਂਡ ਦਾ मीनिंग्स ਬਟ ਕੈਨੋਟ ਯੂਜ਼ ਥੈਮ 89th ਕੁਐਸਚਨ ਆ ਕਿ ਵਿਚ ਆਫ ਦਾ ਫਾਲੋਇੰਗ ਸਟੇਟਮੈਂਟਸ ਡਿਫਾਈਨਸ ਦਾ ਸੈਂਸ ਆਫ ਬੀਇੰਗ ਗਲੈਡ ਸੋ ਇਸ ਦਾ ਜਿਹੜਾ ਸਹੀ ਜਵਾਬ ਹੈ ਉਹ ਹੈ ਆਪਸ਼ਨ ਨੰਬਰ 4th when the expression indicates normal joy so last question on 90th ki dictation can be used as a remedial measure to improve which of the following skills so bilkul ida e jada sahi jawab hai wo option number 3 learning so eh sige apne jis uh, english de jade answer ki ਸੋ ਉਮੀਦ ਹੈ ਤੁਸੀਂ ਜਿਹੜੇ ਵੀਡੀਓ ਦੇ ਅਖੀਰ ਤੱਕ ਜਿਹੜੇ ਬਣੇ ਰਹੋਗੇ ਤੁਸੀਂ ਜਿਹੜੇ ਵੀਡੀਓ ਦੇ ਅਖੀਰ ਤੱਕ ਬਣੇ ਰਹੇ ਮੈਂ ਚਾਹਾਂਗਾ ਕਿ ਜਰੂਰ ਤੁਸੀਂ ਕਮੈਂਟ ਦੇ ਵਿੱਚ ਜਿਹੜਾ ਆ ਦੱਸੋ ਕਿ ਤੁਹਾਡੇ ਕਿਹਨੇ ਮਾਰਕਸ ਜਿਹੜੇ ਬਣੇ ਔਰ ਅਗਰ ਤੁਹਾਨੂੰ ਕਿਸੇ ਕੁਐਸਚਨ 'ਚ ਕਨਫਿਊਜ਼ਨ ਹੈ ਤਾਂ ਤੁਸੀਂ ਉਹ ਵੀ ਜਰੂਰ ਮੈਂਸ਼ਨ ਕਰੋ ਕਿ ਅਗਰ ਤੁਹਾਨੂੰ ਲੱਗਦਾ ਹੈ ਕਿ ਹਾਂ ਜੀ ਇਹ ਸਾਡੇ ਅਕੋਰਡਿੰਗ ਇਹ ਸਹੀ ਆਨਸਰ ਸੀ ਸੋ ਤੁਸੀਂ ਜਰੂਰ ਜਿਹੜਾ ਇਹਦੇ ਵਿੱਚ ਮੈਂਸ਼ਨ ਕਰੋ ਸੋ ਵੀਡੀਓ ਦੇ ਅਖੀਰ ਤੱਕ ਬਣੇ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ